ਸੂਫੀ ਸੰਤ ਸਰਕਾਰ ਲਖਦਾਤਾ ਪੀ ਟਰੱਸਟ ਹੈੱਡ ਆਫ ਸਕਿਓ ਉਪ ਹੈੱਡ ਆਫਸ ਬਠਿੰਡਾ ਅਤੇ ਉਪ ਹੈੱਡ ਆਫਸ ਸੁੱਚਾ ਸਿੰਘ ਢਾਣੀ ਵਾਸੀਆਂ ਹਵੋਰ ਰਜਿਸਟ੍ਰੇਸ਼ਨ ਨੰਬਰ 2340 ਹੈ। ਸਾਰੇ ਟਰੱਸਟ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ ਜੋ ਟਰੱਸਟ ਦੇ ਮੀਡੀਆ ਰਿਪੋਰਟਰ ਗੁਰਮੀਤ ਸਿੰਘ ਗੋਰਾ, ਜਸਕਰਨ ਸਿੰਘ ਜੱਸੀ, ਜਸਵਿੰਦਰ ਸਿੰਘ ਰੰਗੀ, ਖੁਸ਼ਵਿੰਦਰ ਸਿੰਘ ਖੁਸ਼ੀ, ਗੱਗੀ ਸਿੰਘ ਲਖਵਿੰਦਰ ਸਿੰਘ ਗੱਗੀ ਅਤੇ ਗੁਰਪ੍ਰੀਤ ਸਿੰਘ ਪ੍ਰਧਾਨ, ਹੋਰ ਵੀ ਟਰੱਸਟ ਦੇ ਗਾਟਵਾਲੀ ਪਿੰਡ ਤੋਂ ਮੈਂਬਰ ਸਾਰਿਆਂ ਵੱਲੋਂ ਇੱਕ ਸੂਚਨਾ ਜਾਰੀ ਕੀਤੀ ਗਈ ਸੀ। ਪਿਛਲੇ ਦਿਨਾਂ ਤੋਂ ਗਰੁੱਪ ਦੇ ਵਿੱਚ ਜੋ ਉਹਨਾਂ ਨੇ ਸੂਚਨਾ ਜਾਰੀ ਕੀਤੀ ਹੈ ਵੀ ਚੇਲਾ ਪੰਥ ਦਾ ਨਾ ਕੋਈ ਇਤਿਹਾਸ ਹੈ, ਨਾ ਹੀ ਕਿਸੇ ਗ੍ਰੰਥ ਵਿੱਚ, ਨਾ ਹੀ ਕਿਸੇ ਇਤਿਹਾਸਿਕ ਕਿਤਾਬ ਵਿੱਚ ਦਰਜ ਹੈ। ਇਸ ਕਰਕੇ ਕਾਨੂੰਨ ਦੇ ਅਨੁਸਾਰ ਇਹ ਚੇਲਾ ਪੰਥ ਗੈਰ ਕਾਨੂੰਨੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਾਈ ਕੋਰਟ ਦੇ ਵਿੱਚ ਚੇਲਾ ਪੰਥ ਦੇ ਖਿਲਾਫ਼ ਰਿੱਟ ਹੋਵੇਗੀ ਤਾਂ ਹਾਈ ਕੋਰਟ ਇਹ ਚੇਲਾ ਪੰਥ ਤੋਂ ਜਵਾਬ ਮੰਗੇਗਾ ਤਾਂ ਚੇਲਾ ਪੰਥ ਦੇ ਪਾਸ ਇਸ ਬਾਰੇ ਕੋਈ ਜਵਾਬ ਨਹੀਂ ਹੈ। ਇਸ ਕਰਕੇ ਸੂਫੀ ਟਰੱਸਟ ਸੂਫੀ ਮਤ ਨੂੰ ਲੈ ਕੇ ਚੱਲਿਆ। ਸੂਫੀ ਮਤ ਦੁਨੀਆ ਦੇ ਦੂਜੇ ਮਤਾਂ ਵਾਂਗ ਇਤਿਹਾਸਿਕ ਹੈ, ਜਿਵੇਂ ਸਿਵ ਮਤ, ਵੈਸ਼ਨ ਮਤ, ਸ਼ਕਤੀ ਮਤ, ਯੋਗ ਮਤ, ਇਸਲਾਮ ਮਤ, ਈਸਾਈ ਮਤ, ਯਹੂਦੀ ਮਤ, ਹਿੰਦੂ ਮਤ, ਜੈਨ ਮਤ, ਬੁੱਧ ਮਤ, ਸਿੱਖ ਮਤ, ਉਦਾਸੀ ਮਤ ਅਤੇ ਸੂਫੀ ਮਤ। ਇਹ ਸਾਰੇ ਮਤਾਂ ਦਾ ਵੇਰਵਾ ਬਹੁਤ ਸਾਰੇ ਇਤਿਹਾਸਿਕ ਗ੍ਰੰਥਾਂ ਵਿੱਚ, ਇਤਿਹਾਸਿਕ ਕਿਤਾਬਾਂ ਵਿੱਚ ਦਰਜ ਹੈ। ਇਸ ਕਰਕੇ ਸਾਰੇ ਮਤਾਂ ਨੂੰ ਇਤਿਹਾਸਿਕ ਮਾਨਤਾ ਹੈ। ਇਸ ਲਈ ਟਰੱਸਟ ਸੂਫੀ ਮਤ ਨੂੰ ਲੈ ਕੇ ਦਿਨੋ ਦਿਨ ਪ੍ਰਚਾਰ ਕਰ ਰਿਹਾ ਹੈ ਅਤੇ ਸੰਗਤਾਂ ਵੱਲੋਂ ਪੂਰਾ ਹੁੰਗਾਰਾ ਮਿਲ ਰਿਹਾ ਹੈ। ਇਸ ਕਰਕੇ ਸੂਫੀ ਸੰਤ ਟਰੱਸਟ ਇਤਿਹਾਸਿਕ ਟਰੱਸਟ ਬਣ ਚੁੱਕਾ ਹੈ। ਸੂਫੀ ਮਤ ਦੀ ਜਿਹੜੀ ਖੋਜ ਹੈ ਜਾਂ ਸਥਾਪਨਾ ਸਭ ਤੋਂ ਪਹਿਲਾਂ 8ਵੀਂ ਸਦੀ ਤੋਂ ਮੰਨੀ ਜਾਂਦੀ ਹੈ, ਜੋ ਸਾਡੇ ਮੀਡੀਆ ਰਿਪੋਰਟਰਾਂ ਨੇ ਇਹ ਗੱਲ 100% ਸਹੀ ਜਾਰੀ ਸੂਚਨਾ ਕੀਤੀ ਹੈ। 100% 'ਚ ਮੋਹਰ ਲੱਗ ਚੁੱਕੀ ਹੈ ਟਰੱਸਟ ਦੀ, ਕਿਉਂਕਿ ਸਾਸੀ ਇਹ ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਗਰੁੱਪ ਦੇ ਵਿੱਚ ਹਵੜਾ ਤਬੜੀ ਮੱਚੀ ਹੋਈ ਹੈ ਵੀ ਆਹ ਮੀਡੀਆ ਰਿਪੋਰਟਰਾਂ ਨੇ ਕੀ ਪਾਤਾ, ਇਹ ਗੱਲ ਬਿਲਕੁਲ ਸਹੀ ਹੈ ਅਤੇ ਸੱਚ ਹੈ, ਕਿਉਂਕਿ ਸਾਡਾ ਸੂਫੀ ਮਤ ਇਤਿਹਾਸਿਕ ਮਤ ਹੈ। ਜਿਵੇਂ ਅਕਬਰ ਬਾਦਸ਼ਾਹ ਦੇ ਸਲਾਹਕਾਰ ਇਤਿਹਾਸਕਾਰ ਅਬਲ ਫਜ਼ਲ ਨੇ ਲਿਖਿਆ ਕਿ ਭਾਰਤ ਵਿੱਚ 225 ਸੂਫੀ ਸੰਤਾਂ ਦਾ ਵੇਰਵਾ ਮਿਲਦਾ ਹੈ, ਜਿਨ੍ਹਾਂ ਤੋਂ ਮੁੱਖ ਸਾਡਾ ਸੂਫੀ ਸੰਤ ਲੱਖਾਂ ਦਾ ਦਾਤਾ ਹੋਇਆ। ਇਸ ਕਰਕੇ ਜੋ ਸਾਡੀਆਂ ਇਤਿਹਾਸਿਕ ਗੱਲਾਂ ਇਹ ਕਿਤਾਬਾਂ ਵਿੱਚ ਦਰਜ ਹਨ, ਗ੍ਰੰਥਾਂ ਵਿੱਚ ਦਰਜ ਹਨ। ਇਸੇ ਕਰਕੇ ਅਸੀਂ ਸਾਰੀ ਸੰਗਤ ਨੂੰ ਇਤਿਹਾਸ ਨਾਲ ਜੋੜਨਾ ਚਾਹੁੰਦੇ ਹਾਂ ਅਤੇ ਸਾਰੇ ਪੀਰਾਂ ਫਕੀਰਾਂ ਨਾਲ ਦੇ ਦਰਾਂ ਦੇ ਨਾਲ ਅਸੀਂ ਜੋੜਨਾ ਚਾਹੁੰਦੇ ਹਾਂ। ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਭਾਵਨਾ ਨੂੰ ਕੋਈ ਠੇਸ ਪਹੁੰਚ ਗਈ ਹੋਵੇ। ਸਾਡਾ ਟਰੱਸਟ ਦਿਨੋ ਦਿਨ ਸੰਗਤਾਂ ਨੂੰ ਪੀਰਾਂ ਨਾਲ ਜੋੜ ਰਿਹਾ ਅਤੇ ਪ੍ਰਚਾਰ ਕਰ ਰਿਹਾ। ਜੋ ਗੱਲ ਅਧਿਸੂਚਨਾ ਜਾਰੀ ਕੀਤੀ ਸੀ ਇਹ ਬਿਲਕੁਲ ਸਹੀ ਹੈ, ਆਉਣ ਵਾਲੇ ਸਮੇਂ ਦੇ ਹਾਈ ਕੋਰਟ ਦੇ ਵਿੱਚ ਰਿੱਟ ਹੋਵੇਗੀ, ਪਰ ਇਸ ਬਾਰੇ ਚੇਲਾ ਪੰਥ ਕੋਲ ਜਵਾਬ ਹੀ ਨਹੀਂ। ਕਿਉਂ ਨਹੀਂ ਜਵਾਬ? ਇਹਨਾਂ ਕੋਲ ਨਾ ਕੋਈ ਇਤਿਹਾਸ ਹੈ, ਨਾ ਕੋਈ ਕਿਤਾਬ ਹੈ। ਇਹ ਜਵਾਬ ਸਾਡਾ ਟਰੱਸਟ ਦੇਵੇਗਾ। ਸੂਫੀ ਮਤ ਨੂੰ ਲੈ ਕੇ ਅਸੀਂ ਚੱਲੇ ਹਾਂ, ਸੂਫੀ ਮਤ ਇਹਦਾ ਜਵਾਬ ਦੇਵੇਗਾ। ਸੂਫੀ ਮਤ ਇੱਕ ਇਤਿਹਾਸਿਕ ਮਤ ਹੈ, ਇਸੇ ਕਰਕੇ ਜਿੰਨੇ ਵੀ ਪੀਰ ਪੈਗੰਬਰ ਹੋਏ ਆ ਸਾਡੇ ਸੂਫੀ ਮਤ ਹੋਏ ਹੈ। ਇਸ ਅਸੀਂ ਜੋ ਅਸੀਂ ਸੂਚਨਾ ਦੀ ਇਹ ਅਵਲੋਕਨ ਕੀਤਾ ਇਹ ਬਿਲਕੁਲ 100% ਸਹੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜੈ ਪੀਰਾਂ ਦੀ, ਜੈ ਬਾਬਿਆਂ ਦੀ, ਜੈ ਸੂਫੀ ਸੰਤਾਂ ਦੀ ਅਤੇ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਥੈਂਕਸ।